ਕਾਲ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਜਣੇ ਕਹਿਣ ਹੋਗੇ ਅਸੀਂ ਯਾਰ ਬੋਧਾ ਹੀ ਆ ਦੇ ਕਹਿਣ ਅੱਜ ਤੁਹਾਡੇ ਲਈ ਲੈ ਕੇ ਗਏ ਅਸੀਂ ਫਿਰ ਮੈਂ ਦੱਸਾਂ ਆਪਣਾ ਪਹਿਲਾਂ ਰੀਡਰ ਸੋਡਾ ਫਿਰ ਫਰੂਟੀ ਫਿਰ ਟੋਪੀ ਵਾਲਾ ਗਾਵਾ ਅਤੇ ਫਿਰ ਆਪਣੀ ਲਿਮਕਾ ਅਤੇ ਸਟਿੰਗ ਪੈਪਸੀ ਅਤੇ ਆਹ ਆਪਣੀ ਕਿਹੜੀ ਆ ਲੀਚੀ ਟੋਪੀ ਵਾਲਾ ਲੀਚੀ ਅਤੇ ਆਪਣੀ ਮਾਜ਼ਾ ਅਤੇ ਆਹ ਹੈਗੀ ਆਪਣੀ ਕੋਕਾ ਕੋਲਾ ਅਤੇ ਆਹ ਉਹੀ ਕਿਹੜੀ ਹੈਗੀ ਆ ਕੈਚ ਜੀ ਦਾ ਅਤੇ ਆਹ ਯਾਰ ਮਾਝੇ ਦੀ ਨਵੀਂ ਬੋਤਲ ਆਈ ਆ ਵੀ ਮੈਂ ਟਰਾਈ ਕਰ ਚੁੱਕੀ ਹਾਂ ਕੱਚਾ ਆਮ ਅਤੇ ਆਹ ਮਿਕਸ ਜੂਸ ਆ ਅਤੇ ਆਹ ਸੈਵਨ ਅਪ ਆ ਫੈਂਟਾ ਆ ਆਹ ਐਪੀ ਆ ਅਤੇ ਆਹ ਮਾਊਂਟਨ ਡਿਊ ਆ ਸਪਰਾਈਟ ਆ ਆਹ ਫੈਂਟਾ ਐਪਲ ਵਾਲੀ ਆ ਅਤੇ ਆਹ ਆਪਣੀ ਥੰਮਸ ਅਪ ਆ ਅੱਜ ਤੁਹਾਡੇ ਲਈ ਲੈ ਕੇ ਆ ਗਏ ਇਹਦੇ ਵਾਸਤੇ ਚੈਲੰਜ ਨਾਲ ਸਾਡੇ ਹੈਗੇ ਆ ਪਰਮ ਮਿੱਤਰ ਜਗਦੀਸ਼ ਰਾਵਲ ਬੱਬੂ ਭਾਈ ਜੀ ਹੋਰ ਬੱਬੂ ਭਾਈ ਜੀ ਵਧੀਆ ਭਾਈ ਜੀ ਬੈਠੋ ਕਰੀਏ ਚੈਲੰਜ ਜਿੱਤਣਾ ਭਾਈ ਮੈਂ ਜੀ ਮੈਂ ਹੀ ਜਿੱਤਣਾ ਜੀ ਜਿੱਤਣਾ ਮੈਂ ਹੀ ਜੀ ਭਾਈ ਮੈਂ ਤਾਂ ਤੁਹਾਨੂੰ ਜਿੱਤ ਕੇ ਵਿਖਾਤਾ ਤੁਸੀਂ ਮੈਨੂੰ ਕੀ ਦਿਓਗੇ ਗਲਾਸੀ ਕੀ ਕਰਦੀ ਭਾਈ ਮੈਂ ਜੂਸ ਪੀ ਮੰਗੀ ਜੂਸ ਪੀ ਮੰਗੀ ਗਾਇਸ ਇਹਦੀ ਚੈਲੰਜ ਕਰਦੇ ਆ ਤੇ ਬਹੁ ਭਾਈ ਜਿਹੜਾ ਮੂੰਹ ਤੇ ਕੱਪੜਾ ਬੰਨਾ ਉਹ ਇੱਥੇ ਆ ਪੱਟੀ ਬੰਨਣੀ ਹੋਣੀ ਆ ਜਦੋਂ ਪੱਟੀ ਬੰਨੀ ਅੱਖਾਂ ਦੇ ਜੇ ਕਿਸੇ ਨੂੰ ਸਵਾਦ ਨਹੀਂ ਆਇਆ ਕੋਲਡ ਡਰਿੰਕ ਦਾ ਸਵਾਦ ਆਏਗਾ ਉਹ ਦੱਸੇਗਾ ਮੈਂ ਅੱਖਾਂ ਦੀ ਪੱਟੀ ਬੰਨੀ ਹੋਊਗੀ ਬਹੁ ਭਾਈ ਆਹ ਗਲਾਸ ਹੋਊਗਾ ਇੱਥੇ ਮੈਨੂੰ ਕੋਲਡ ਡਰਿੰਕ ਪਾ ਕੇ ਦੇਣਗੇ ਮੈਨੂੰ ਪਤਾ ਨਹੀਂ ਹੋਊਗਾ ਕਿਹੜੀ ਪਾ ਕੇ ਦੇਣਗੇ ਕਿਹੜੀ ਨਹੀਂ ਇਹ ਮੈਂ ਕਰੂੰਗਾ ਟਰਾਈ ਮੈਂ ਸੁਜੈਸਟ ਕਰੂੰਗਾ ਆਹ ਵਾਲੀ ਹੈਗੀ ਆ ਜੇ ਤਾਂ ਮੈਂ ਕਹਿਤਾ ਹਾਂ ਆਹੋ ਹੀ ਹੈਗੀ ਆ ਅਤੇ ਬੱਬੂ ਭਾਈ ਨੇ ਕਹਿਤਾ ਹਾਂ ਆਹੋ ਹੀ ਹੈਗੀ ਆ ਜੇ ਤਾਂ ਮੈਂ ਕਹਿਤਾ ਮਾਜ਼ਾ ਆ ਮਾਜ਼ਾ ਬੱਬੂ ਭਾਈ ਨੇ ਕਹਿਤਾ ਜੇ ਮੈਂ ਕਹਿਤਾ ਫਰੂਟੀ ਫਰੂਟੀ ਕਹਿਤਾ ਇੱਦਾਂ ਜੇ ਮੈਂ ਮਾਜ਼ਾ ਬੱਬੂ ਭਾਈ ਨੇ ਮਾਜ਼ਾ ਪਾਈ ਹੈ ਜੇ ਮੈਂ ਫਰੂਟੀ ਕਹਿ ਟੇਸਟ ਕੀਤੀ ਆ ਅਤੇ ਮੈਂ ਕਹਿੰਦੀ ਹਾਂ ਮਾਜ਼ਾ ਅਤੇ ਫਿਰ ਗੇਮ 'ਚੋਂ ਬਾਹਰ ਗੇਮ 'ਚੋਂ ਬਾਅਦ ਨਹੀਂ ਹੋਊਗਾ ਫਿਰ ਜਿੱਦਾਂ 5 ਵਜੇ ਇਹ ਹੋਊਗੀ ਜਿੱਦਾਂ ਮੰਨ ਲਓ ਪੂਰੀ ਇੱਕ ਵਾਰੀ ਪੂਰਾ ਹੋਊਗਾ ਪੂਰੀ ਕੋਲਡਰਿੰਕ ਟੇਸਟ ਹੋਊਗੀ ਜਿੰਨੀ ਵਾਰੀ ਉਹ ਆ ਰਿਹਾ ਬੱਬੂ ਭਾਈ ਨੂੰ ਨਾ ਮਿਕਸ ਕਰਕੇ ਦਵਾ ਦੇ ਤਾਂ ਕਿ ਕੋਲਡਰਿੰਕ ਟੇਸਟ ਹੀ ਲਾਵੇ ਮੈਂ ਚੂਰਾ ਮੱਕਾ ਯਾ ਤੁਹਾਡਾ ਭਾਈ ਆਕਾ ਬਾਈ ਜੀ ਦੇ ਗਾ ਹਾਂਜੀ ਹਾਂ ਜੀ ਕਰੀ ਸਕੋਪੀ ਦੀ ਅੱਖਾਂ ਦੇ ਬੰਨਾਂ ਦੇ ਕੱਪੜਾ ਭਾਈ ਅੱਖ ਦੀ ਕੁਲ ਕੋਲ ਦੀ ਜੀ ਉੱਚੀ ਬੋਲੋ ਭਾਈ ਇੱਕ ਦੋ ਪੰਜ ਕੋਈ ਲਿਮਕਾ ਭਾਈ ਵੇਲਾ ਸੋਚ ਰਹਾ ਲਿਮਕਾ ਪੱਕੀ ਗੱਲ ਪੱਕੀ ਗਲਤ ਹੈ ਦਾ ਕੀ ਇਹ ਬਾਅਦ ਚ ਬਲੌਗ ਚ ਵੀ ਕੀ ਕੀ ਮੈਂ ਸਾਰਾ ਪੀ ਲਿਆ ਫਿਰ ਦੂਜੇ ਦਿਨ ਕੋਈ ਲੂਣ ਵਾਲਾ ਕਰਨਾ ਮੈਂ ਹਾਂਜੀ ਲੂਣ ਵਾਲਾ ਕਰਨਾ ਮੋਸ਼ ਕਿੱਦਾਂ ਮਿਲੂ
ਨੂਣ ਵਾਲਾ ਮੂੰਹ ਕਰਦਾ ਨੂੰਗਾ ਨਹੀਂ ਜੀ ਠੀਕ ਹੈ ਐਪਲ ਵਾਲੀ ਫੈਂਟਾ ਹੀ ਇਹ ਤਾਂ ਤੇਰੇ ਬਲੌਗ ਚ ਬਦਲ ਲੂਣਾ ਦੂਜਾ ਚੈੱਕ ਕਰ ਕੀ ਹੈ ਬੁੱਢਾ ਨਹੀਂ ਤਾਂ ਹੋਣਾ ਵੀ ਮਿਕਸ ਫਰੂਟ ਜੂਸ ਉਹੀ ਆ ਗਲਤ ਜਵਾਬ ਉਹੀ ਆ ਬਈ ਇਹ ਬਲੌਗ ਜੇ ਵੇਖੀ ਦੇਖ ਦੋ ਚਾਂਸ ਨੇ ਬਸ ਸਹੀ ਦੱਸਣ ਵਾਸਤੇ ਕਿੰਨੇ ਚਾਂਸ ਘੱਟ ਹੋ ਗਏ ਮੇਰੇ ਤਿੰਨ ਹੋ ਗਏ ਤੇ ਦੋ ਤਿੰਨ ਲਾਸਟ ਲੋਰੀ ਦਾ ਸੁਣਦਾ ਲੋਰੀ ਦਾ ਸੁਣਦਾ ਸੀ ਭਾਈ ਜੀ ਬੱਬੂ ਇਹ ਕਿੰਨਾ ਟਾਈਮ ਲਾਉਂਦੀ ਯਾਰ ਤੁਸੀਂ ਮਿਕਸ ਤੇ ਨਹੀਂ ਕਰੀ ਜਾਂਦੇ ਕੈਸਾ ਲਗਾ ਆਪਕੋ ਹਾਰ ਕੇ ਗੋਪੀ ਜਿੱਤ ਗਿਆ ਪਰ ਹਾਰ ਕੇ ਦੇ ਚਾਰ ਸਹੀ ਪਰ ਪੰਜਵਾਂ ਸਾਰੇ ਸਹੀ ਕਰਨੇ ਆ ਇਹ ਭਾਈ ਲਿਮਕਾ ਮਿਕਸ ਕਰਕੇ ਦੇ ਦੇ ਕੁਛ ਮਿਕਸ ਸਟਿੰਗ ਕੀ ਗੋਪੀ ਨਹੀਂ ਮੈਨੂੰ ਹੁਣ ਪਲਾਨ ਕੇ ਦੇ ਵੇਖੋ ਗੋਪੀ ਦੇ ਕਿੰਨੇ ਦੇ ਸਕੋਰ ਹੈ ਜੇ ਤੇ ਆ 1 2 3 4 5 3 3 6 ਤੇ 7 ਜਿੱਤਿਆ ਮੈਂ 7 ਜਿੱਤਿਆ ਵਾ ਮਤਲਬ ਹਲੇ ਵੀ ਕਈਆਂ ਤੋਂ ਹਾਰਿਆ ਗੋਪੀ ਕਈਆਂ ਦੇ ਜਿੱਤਿਆ ਇਹਨਾਂ ਵਿੱਚੋਂ 4 ਤੋਂ ਜਿੱਤਿਆ ਗੋਪੀ ਤਾਂ 7 ਵਿੱਚੋਂ ਹਾਰਿਆ 3 ਤਿੰਨਾਂ ਵਿੱਚੋਂ ਹਾਰਿਆ 3 ਹਾਰ ਗਿਆ 4 ਜਿੱਤੀ ਤੇ ਹੁਣ ਮੈਂ ਤੇ ਕਰੇ ਤਾਂ ਨਹੀਂ ਚੋ ਪੱਤੀ ਨੂੰ ਨਹੀਂ 4 ਹਾਰਿਆ ਤੇ 3 ਜਿੱਤਿਆ ਤੂੰ 4 ਜਿੱਤਿਆ ਮੈਂ ਤੇ 3 ਹਾਰਿਆ ਤੇ 1 ਪੁਆਇੰਟ ਰਹਿੰਦਾ ਭਾਈ ਮੇਰਾ ਨਹੀਂ ਉਹ ਪੁਆਇੰਟ ਤੂੰ ਮਤਲਬ 4 ਪੁਆਇੰਟ ਤੇਰੇ ਹਾਰ ਗਏ ਨਹੀਂ 4 ਪੁਆਇੰਟ ਤੇਰੇ ਹਾਰ ਗਏ ਹਨ ਬਸ ਤੇਰੇ ਪੁਆਇੰਟ ਜਿਹੜੇ ਗਈ ਹਾਰ ਗਏ ਬਸ ਤੂੰ ਇਹ ਇੱਧਰ ਚੈੱਕ ਕਰ ਗਾਇਸ ਹੁਣ ਮੈਂ ਫਾਈਨਲੀ ਕਰ ਦੂੰ ਲੋ ਕੋਈ ਕਰ ਦੇ ਇੰਕ ਕਿ ਕੋਈ ਵੇਲੋ ਬੁੱਕ ਨਹੀਂ ਜੀ ਹਮ ਨੂੰ ਥੋੜਾ ਬੋਲ ਕੀ ਕਰ ਲਈ ਨਾ ਆ ਵੇਲੋ ਪਰ ਬੀਤੀ ਹੋਈ ਬੀਤੀ ਹੈ
ਬੋਬੂ ਭਾਈ ਗਾਇਸ ਪਹਿਲਾ ਪੁੱਜ ਗਿਆ ਦੇਣਾ ਭਾਈ ਦੇਣਾ ਕਿੱਥੇ ਕਰ ਗਿਆ ਟਾਈਮ ਨਹੀਂ ਕਰਨਾ ਸਪਰਾਈਡ ਨਹੀਂ ਖਾਂਦਾ ਫੇਰ ਵੀ ਸੋਚ ਲਓ ਇੱਕ ਦਿਨ ਸੋਚ ਲਓ ਕੋਈ ਤਾਂ ਹੋਰੀ ਜਿਵੇਂ ਦਾ ਫੇਵਰ ਹੁੰਦਾ ਖੱਟਾ ਖੱਟਾ ਜਿਹਾ ਖੱਟਾ ਖੱਟਾ ਉਹ ਜਿਹਾ ਤਿੱਖਾ ਜਿਹਾ ਬਣ ਜਾਏ ਉਹ ਸਪਰਾਈਡ ਹੋ ਸਕਦਾ ਸਪਰਾਈਡ ਯੈਸ ਫੈਂਡਾ ਸੀ ਸੋਚ ਲੈਂਦੇ ਕਿਹੜੀ ਪਾਣੀ ਰੋਕ ਲਿਓ 2 ਮਿੰਟ ਚੀਟਿੰਗ ਨਹੀਂ ਕਰਨੀ ਕੋਈ ਮਿਕਸ ਕਰਕੇ ਤੇ ਗਾਇਸ ਇਹ ਚੀਟਿੰਗ ਕਰਦਾ ਬਲੌਗ ਛੱਡ ਦੋ ਬਲੌਗ ਨਾ ਵੇਖਿਆ ਚੀਟਿੰਗ ਨਹੀਂ ਆ ਭਾਈ ਬਲੌਗ ਯਾਰ ਤੇ ਪੂਰਾ ਵੇਖਣਾ ਹੈ ਕਿਹਦੇ ਮਗ ਲੱਗ ਕੇ ਤੇ ਛੱਡਦਾ ਬੋਲ ਤੇ ਮਿਕਸ ਦੂਰ ਨਾ ਮਿਕਸ जल्दी मेरी बोत खत्म करानी है पता लग गया मेनू एप्पल दी ओ वाली जेडी मरिंडा एप्पल दी मरिंडा मरिंडा एप्पल दी मतलब जेडी एप्पल दा जेड़ा दो हैगी ने कैपी ए एप्पल वाली की है ते एप्पल दी जेडी की बोलदे एप्पल मैं एप्पल वाला फ्लेवर आ मैनू पता पर हैप्पी नहीं गई ओ हार गई थी हार ही नहीं जीत गए ना किन्ने हो की चांस है किन्ने हो की चांस पहले दो ही दो रह गए नहीं दो है यार दो रे दो अरे यार छेती है मेरी भी खाना यार छेती का था मेरा बब्बू भैया अरे किधर ले रहे हो बड़े शैतान है भैया आप तो अभी अभी इस नए एरिया में आए हैं हम तो कई साल हो गए कई वर्ष हो गए भैया यार क्यों मैं ना जीतने कह दो मैं वही यार मैं पेप्सी हार गई पहला पॉइंट गया किन्ने रह गए एक बना गया ना एक को रह गया ओ मामा एक को रह गया हेलो भैया मेरे भैया आप भी हो दुख
ਪਿਲਾ ਦੇ ਸਾਥੀਆਂ ਮਾਂਟੇਨ ਡਿਊ ਵੇਖ ਲੈਂਦੇ ਆ ਸਹੀ ਗੱਲ ਆ ਸਹੀ ਗੱਲ ਮਾਂਟੇਨ ਡਿਊ ਸਪਲਾਈ ਨਹੀਂ ਕੀ ਹੈ ਵੀ ਕੀ ਆ ਗਈ ਜੀਤ ਜੀਤ ਕੀ ਆ ਗਈ ਦਸ ਛੇਤੀ ਆ ਕਿਉਂ ਪਹਿਨ ਦਿੱਤੇ ਟੁੱਟੀ ਜਾਂਦੀ ਜੀ ਪਰ ਬੋਲਰ ਵੇਖਣ ਦੀ ਪੀ ਮੈਂ ਤੋਂ ਬੂ ਦੱਸੋ ਕੋਕਾ ਕੋਲਾ ਹਾਰ ਗਈ ਲਾ ਦੋ ਬੁੱਟੀ ਭਾਈ ਭਾਈ ਲਾ ਦੋ ਬੁੱਟੀ ਪਰ ਇਹ ਤੂੰ ਗੱਲ ਗਲਤ ਮੈਂ ਤੂੰ ਜਿਹੜੀ ਚੀ ਪਿਆਰੇ ਨੂੰ ਸਾਈਡ ਤੇ ਰੱਖ ਦੇ ਮੈਂ ਮਿੰਟ ਦਾ ਆਉਂਦਾ ਅਸੀਂ ਹੋਰ ਕਿਤੇ ਕਿਤੇ ਕੈਰੀ ਕਰ ਸਕੀਏ ਤੇ ਸਾਨੂੰ ਜਿਹੜੀਆਂ ਸਾਡੀ ਤੁਸੀਂ ਬੈਕ ਵੀਡੀਓ ਨਹੀਂ ਵੇਖੀ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਣਗੇ ਉਹ ਬੈਕ ਵੀਡੀਓ ਵੇਖਿਓ ਅਤੇ ਸਾਡੀ ਇੰਸਟਾਗ੍ਰਾਮ ਆਈ ਡੀ ਨੂੰ ਜ਼ਰੂਰ ਫੋਲੋ ਕਰਿਆ ਕਰੋ ਅਸੀਂ ਹਰ ਇੱਕ ਇੰਸਟਾ ਦੀ ਆਏਗੀ ਐਂਡ ਦੇ ਵਿੱਚ ਦਿੱਤੀ ਹੁੰਦੀ ਆ ਅਤੇ ਜਦੋਂ ਵੀਡੀਓ ਚੱਲਦੀ ਹੁੰਦੀ ਵੀਡੀਓ ਚੱਲਦੀ ਚੱਲਦੀ ਦੇ ਉੱਪਰ ਆਉਂਦੀ ਬਾਬਾ ਸਿੰਘ ਜੀ 2021 ਉਹਨੂੰ ਜਾ ਕੇ ਜ਼ਰੂਰ ਫੋਲੋ ਕਰੋ ਅਸੀਂ ਉੱਤੇ ਵੀ ਨਵੀਆਂ ਨਵੀਆਂ ਵਧੀਆ ਵਧੀਆ ਸਟੋਰੀਆਂ ਪਾਉਂਦੇ ਰਹਿੰਦੇ ਹਾਂ ਗਾਇਸ ਉੱਤੇ ਡੇਲੀ ਅਪਡੇਟ ਆਉਂਦੀ ਰਹਿੰਦੀ ਆ ਹੋਰ ਮੁੰਬਈ ਕੁਝ ਕਹਿਣਾ ਚਾਹੁੰਦੇ ਹੋ ਮੇਰੇ ਸਬਸਕ੍ਰਾਈਬਰ ਵਾਸਤੇ ਇਧਰ ਕੁਝ ਨਹੀਂ ਗਾਇਸ ਕਮੈਂਟ ਕਰਕੇ ਦੱਸਿਓ ਕਿ ਗੋਪੀ ਨੇ ਮੈਂ ਗੋਪੀ ਨੂੰ ਵਧੀਆ ਪਿਆਸ ਗਿਆ ਕਿ ਗੋਪੀ ਨੂੰ ਪਿਆਸ ਗਿਆ ਤੇ ਕਮੈਂਟ ਕਰ ਕਮੈਂਟ ਬਾਕਸ ਤੁਹਾਡੇ ਇੱਥੇ ਥੱਲੇ ਆਉਂਦਾ ਹੋਊਗਾ ਕਮੈਂਟ ਕਰਕੇ ਦੱਸਿਓ ਠੀਕ ਹੈ ਤੇ ਲੈ ਟਿਕ ਟਿਕ ਬਾਏ ਬਾਏ ਗਾਇਸ ਇੱਥੇ ਵਲੌਗ ਯਾਰ ਕਰਦੇ ਸਮਾਪਤ ਆਈ ਹੋਪ ਤੁਹਾਨੂੰ ਲੋਕ ਪਸੰਦ ਆਇਆ ਪਸੰਦ ਆਇਆ ਤਾਂ ਲਾਈਕ ਮੈਂ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦਾ ਮੋਨਾ ਜਲਦੀ ਨੈਕਸਟ ਵਲੌਗ 'ਚ ਉਹ ਵੀ ਬੜਾ ਖਤਰਨਾਕ ਹੋਊਗਾ ਇਹਦੇ ਇੱਥੋਂ ਵੀ ਖਤਰਨਾਕ ਹੋਊਗਾ ਜਲਦੀ ਨੈਕਸਟ ਵਲੌਗ 'ਚ ਥੈਂਕਸ ਫੋਰ ਵਾਚਿੰਗ ਬਾਏ